ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਕੀ ਹਾਲ ਹੈ ਜੀ ਸਾਰਿਆਂ ਦਾ। ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਮੇਰਾ ਵਟਸਐਪ ਨੰਬਰ ਨੋਟ ਕਰ ਲਓ। ਨੰਬਰ ਹੈ ਜੀ ਮੇਰਾ 7796369488। ਜੇ ਕਿਸੇ ਵੀਰ ਨੇ ਕਿਸੇ ਪ੍ਰਕਾਰ ਦੀ ਟਰੈਕਟਰ ਦੀ, ਗੱਡੀ ਦੀ, ਮੋਟਰਸਾਈਕਲ ਦੀ, ਜ਼ਮੀਨ ਦੀ, ਘਰ ਦੀ ਐਡ ਕਰਾਉਣੀ ਹੋਵੇ ਆਪਣੇ ਚੈਨਲ 'ਤੇ ਬਿਲਕੁਲ ਫਰੀ ਦੇ ਵਿੱਚ, ਤਾਂ ਮੇਰਾ ਵਟਸਐਪ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ। ਇਹਦੇ ਉੱਤੇ 5 ਤੋਂ 7 ਫੋਟੋਆਂ ਫੋਨ ਨੂੰ ਟੇਢਾ ਕਰਕੇ, ਬਾਕੀ ਉਹਦੀ ਸਾਰੀ ਜਾਣਕਾਰੀ ਲਿਖ ਕੇ ਮੇਰੇ ਵਟਸਐਪ ਨੰਬਰ 'ਤੇ ਸੈਂਡ ਕਰ ਦਿਓ। ਬਹੁਤ ਹੀ ਜਲਦ ਤੁਹਾਡੀ ਐਡ ਆਪਣੇ ਚੈਨਲ ਟਰੈਕਟਰ ਮੰਡੀ 'ਤੇ ਲਗਾ ਦਿਆਂਗੇ। ਮੇਨ ਗੱਲ ਜੀ, ਜਿਹੜਾ ਉਹਦਾ ਰੇਟ ਆ ਉਹ ਮਾਰਕੀਟ ਦੇ ਹਿਸਾਬ ਨਾਲ ਆਉਣਾ, ਜ਼ਿਆਦਾ ਰੇਟ ਨਹੀਂ ਦੱਸਣਾ। ਅਤੇ ਹੁਣ ਕਰਦੇ ਜੀ ਮਸ਼ੀਨਰੀਆਂ ਦੀ ਗੱਲ। ਬਹੁਤ ਸਾਰੀਆਂ ਮਸ਼ੀਨਰੀਆਂ ਵੀਡੀਓ ਦੇ ਵਿੱਚ, ਗੱਡੀਆਂ ਨੇ, ਟਰੈਕਟਰ ਹੈ। ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਨਿਊ ਹੋਲੈਂਡ 3630 ਟਰੈਕਟਰ, ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ। ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਹੈ, ਨਾਲ ਦਾ ਰੰਗ ਹੈ ਬਿਲਕੁਲ ਸਾਫ਼, ਕੋਈ ਕੰਮ ਨਹੀਂ ਭਾਲਦਾ, ਇੱਕ ਨੰਬਰ ਟਰੈਕਟਰ ਹੈ। ਮਿਊਜ਼ਿਕ ਸਿਸਟਮ ਲੱਗਿਆ ਹੋਇਆ, 2003 ਮਾਡਲ ਟਰੈਕਟਰ ਹੈ ਜੀ ਆਹ। 2,80,000 ਵੀਰ ਨੇ ਡਿਮਾਂਡ ਰੱਖੀ ਹੈ, ਕੈਥਲ ਇਹਨਾਂ ਦਾ ਏਰੀਆ। ਕਿਸੇ ਵੀਰ ਨੇ ਆਹ ਟਰੈਕਟਰ ਦੇਖਣਾ ਹੋਵੇ, ਕੈਥਲ ਖੜ੍ਹਾ, ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ, ਚਲਾ ਕੇ ਦੇਖ ਸਕਦੇ ਹੋ, ਆਪਦੀ ਪੂਰੀ ਟਰਾਈ ਲੈ ਕੇ, ਤਸੱਲੀ ਕਰਕੇ ਅਤੇ ਟਰੈਕਟਰ ਨੂੰ ਖਰੀਦ ਸਕਦੇ ਹੋ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ। ਬਾਕੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਇਹਨਾਂ ਨੂੰ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ। ਅੱਗੇ ਤੁਸੀਂ ਦੇਖ ਰਹੇ ਹੋ ਜੀ ਗੱਡੀ, ਅਸਟੀਮ LXi ਗੱਡੀ ਹੈ, ਅਸਟੀਮ ਗੱਡੀ ਹੈ, LXi ਮਾਡਲ, ਪੂਰੀ ਸਾਫ਼ ਗੱਡੀ ਹੈ ਜੀ, ਪੂਰਾ ਵਧੀਆ ਕੰਡੀਸ਼ਨ ਦੀ। ਕਿਸੇ ਵੀਰ ਨੇ ਗੱਡੀ ਖਰੀਦਣੀ ਹੋਵੇ, ਗੱਡੀ ਵਿਕਾਊ ਹੈ, ਤੁਸੀਂ ਖਰੀਦ ਸਕਦੇ ਹੋ। 2006 ਮਾਡਲ ਗੱਡੀ ਹੈ, ਕੋਈ ਐਕਸੀਡੈਂਟ ਨਹੀਂ ਹੋਈ, ਨਾ ਕੋਈ ਡੈਂਟ ਹੈ, ਨਾ ਕੋਈ ਕਲਰ ਪੈਂਟ ਹੈ, ਬਿਲਕੁਲ ਵਧੀਆ ਅਤੇ ਸਾਫ਼ ਗੱਡੀ ਹੈ। ਅੰਮ੍ਰਿਤਸਰ ਇਹਨਾਂ ਦਾ ਏਰੀਆ, ਅੰਮ੍ਰਿਤਸਰ ਖੜ੍ਹੀ ਹੈ ਗੱਡੀ, ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ, ਦੇਖ ਕੇ ਅਤੇ ਆਪਦੀ ਪੂਰੀ ਤਸੱਲੀ ਕਰਕੇ, ਚਲਾ ਕੇ, ਕਾਗਜ਼ ਪੱਤਰ ਦੇਖ ਕੇ ਖਰੀਦ ਸਕਦੇ ਹੋ ਜੀ। ਬਾਕੀ ਕਾਪੀ ਦੀ ਫੋਟੋ ਸਕਰੀਨ ਦੇ ਉੱਤੇ ਆ ਰਹੀ ਹੈ ਜੀ। 60% ਟਾਇਰਾਂ ਦੀ ਕੰਡੀਸ਼ਨ ਪਈ ਹੈ, ਨਾਲ ਦਾ ਰੰਗ ਹੈ। ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਬਹੁਤ ਸਾਫ਼ ਪਈ ਹੈ ਗੱਡੀ, ਸ਼ੀਟ ਕਵਰ ਲਾ ਲਓ, ਮੈਟਿੰਗ, ਮਿਊਜ਼ਿਕ ਸਿਸਟਮ ਪੂਰਾ ਵਧੀਆ ਜੀ, ਕੋਈ ਦਿੱਕਤ ਨਹੀਂ ਗੱਡੀ 'ਚ। ਕਿਸੇ ਵੀਰ ਨੇ ਗੱਡੀ ਖਰੀਦਣੀ ਹੋਵੇ, ਗੱਡੀ ਵੀ ਕਹੂਗਾ, ਗੱਡੀ ਤੁਸੀਂ ਖਰੀਦ ਸਕਦੇ ਹੋ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ। ਮਾਲਕ ਵੀਰ ਦਾ ਨੰਬਰ ਹੈ ਜੀ 8720-9996। ਸ਼ੀਟ ਕਵਰ ਦੇਖ ਲਓ, ਪੂਰਾ ਵਧੀਆ ਸ਼ੀਟ ਕਵਰ ਹੈ, ਰੰਗ ਤੁਹਾਡੇ ਸਾਹਮਣੇ ਹੈ ਜੀ, ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਹੈ, ਇੰਜਨ ਦੀ, ਬੈਟਰੀ ਦੀ, ਸਾਰੀ ਗੱਡੀ ਦੀ ਫੁੱਲ ਗਰੰਟੀ ਹੈ ਮਾਲਕ ਵੀਰ ਵੱਲੋਂ। 2006 ਮਾਡਲ ਗੱਡੀ ਹੈ, 60,000 ਵੀਰ ਨੇ ਡਿਮਾਂਡ ਰੱਖੀ ਹੈ, ਬਾਕੀ ਮੌਕੇ 'ਤੇ ਲੈਸ ਥੋੜ੍ਹਾ ਬਹੁਤਾ ਹੋ ਜੂਗਾ ਜੀ। ਅੱਗੇ ਤੁਸੀਂ ਦੇਖ ਰਹੇ ਹੋ ਜੀ ਜੋਂਡੀਅਰ 5310, ਜੋਂਡੀਅਰ 5310 ਟਰੈਕਟਰ ਹੈ ਜੀ, 2011 ਮਾਡਲ ਹੈ। ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਵਧੀਆ ਪਈ ਹੈ, ਸ਼ੋਰੂਮ ਕੰਡੀਸ਼ਨ ਟਰੈਕਟਰ ਹੈ, ਨਾਲ ਦਾ ਰੰਗ ਹੈ ਬਿਲਕੁਲ ਸਾਫ਼, ਮਿਊਜ਼ਿਕ ਸਿਸਟਮ ਲੱਗਿਆ ਹੋਇਆ, 2011 ਮਾਡਲ ਟਰੈਕਟਰ ਹੈ। ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ, ਬਟਾਲਾ ਇਹਨਾਂ ਦਾ ਏਰੀਆ, ਬਟਾਲੇ ਖੜ੍ਹਾ ਜੀ ਟਰੈਕਟਰ। ਕਿਸੇ ਵੀ ਨੇ ਟਰੈਕਟਰ ਦੇਖਣਾ ਹੋਵੇ, ਜਾ ਕੇ ਤੁਸੀਂ ਬਟਾਲੇ ਦੇਖ ਸਕਦੇ ਹੋ, ਚਲਾ ਕੇ ਦੇਖ ਸਕਦੇ ਹੋ, ਪੂਰੀ ਆਪਦੀ ਤਸੱਲੀ ਕਰਕੇ ਚਲਾ ਕੇ ਖਰੀਦ ਸਕਦੇ ਹੋ ਜੀ। ਟਰੈਕਟਰ ਵਿਕਾਊ ਹੈ, ਪੂਰਾ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ, 60% ਟਾਇਰਾਂ ਦੀ ਕੰਡੀਸ਼ਨ ਪਈ ਹੈ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ। ਮਾਲਕ ਵੀਰ ਦਾ ਨੰਬਰ ਹੈ 97798-54107।
4,95,000 ਵੀਰ ਨੇ ਡਿਮਾਂਡ ਰੱਖੀ ਹੈ। ਬਟਾਲਾ ਇਹਨਾਂ ਦਾ ਏਰੀਆ, ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ, ਟਰੈਕਟਰ ਵਿਕਾਊ ਹੈ, ਛਤਰੀ ਲੱਗੀ ਹੈ, ਇੰਜਨ ਦੀ ਬੈਟਰੀ ਦੀ ਫੁੱਲ ਗਰੰਟੀ ਹੈ, ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ, ਰੰਗ ਵੀ ਪੂਰਾ ਸਾਫ਼ ਹੈ ਟਰੈਕਟਰ ਦਾ, ਜੋਨ ਡੀਅਰ ਟਰੈਕਟਰ ਹੈ 5310। ਬਾਕੀ ਫੋਟੋਆਂ ਤੁਹਾਡੇ ਸਾਹਮਣੇ ਹੈ, ਕੰਡੀਸ਼ਨ ਦੱਸਣ ਦੀ ਲੋੜ ਨਹੀਂ ਜੀ, ਪੂਰਾ ਸਾਫ਼ ਅਤੇ ਵਧੀਆ ਟਰੈਕਟਰ ਹੈ ਜੀ। ਕਿਸੇ ਵੀਰ ਨੇ ਖਰੀਦਣਾ ਹੋਵੇ, ਟਰੈਕਟਰ ਵਿਕਾਊ ਹੈ, ਜਾ ਕੇ ਤੁਸੀਂ ਦੇਖ ਕੇ ਅਤੇ ਖਰੀਦ ਸਕਦੇ ਹੋ। ਅੱਗੇ ਤੁਸੀਂ ਦੇਖ ਰਹੇ ਹੋ ਸੋਨਾਲੀਕਾ 750, ਪੂਰਾ 2000 ਮਾਡਲ ਟਰੈਕਟਰ, ਪੂਰਾ 2000 ਮਾਡਲ ਟਰੈਕਟਰ ਹੈ ਸੋਨਾਲੀਕਾ 750। ਨਾਲ ਦਾ ਰੰਗ ਹੈ, ਬਿਲਕੁਲ ਸਾਫ਼ ਟਰੈਕਟਰ ਹੈ। ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ, ਟਰੈਕਟਰ ਵਿਕਾਊ ਆ, ਪੂਰਾ ਵਧੀਆ ਅਤੇ ਸਾਫ਼ ਟਰੈਕਟਰ ਹੈ ਜੀ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ, ਮਾਲਕ ਵੀਰ ਦਾ ਨੰਬਰ ਹੈ 99-158-61-9-57। 40-50% ਟਾਇਰਾਂ ਦੀ ਕੰਡੀਸ਼ਨ ਪਈ ਹੈ। ਸਿੰਗੋ ਇਹਨਾਂ ਦਾ ਏਰੀਆ ਜੀ, ਸਿੰਗੋ ਇਹਨਾਂ ਦਾ ਏਰੀਆ ਹੈ, ਪਿੰਡ ਹੈ ਜੀ, ਇੱਥੇ ਬਠਿੰਡੇ ਕੋਲ ਪੈ ਜਾਂਦਾ ਹੈ। ਕਿਸੇ ਵੀਰ ਨੇ ਖਰੀਦਣਾ ਹੋਵੇ ਟਰੈਕਟਰ, ਖਰੀਦ ਸਕਦੇ ਹੋ, ਟਰੈਕਟਰ ਵਿਕਾਊ ਹੈ, ਇੰਜਨ ਦੀ ਬੈਟਰੀ ਦੀ ਫੁੱਲ ਗਰੰਟੀ ਹੈ, ਕੋਈ ਕੰਮ ਨਹੀਂ ਭਾਲਦਾ ਟਰੈਕਟਰ, 2000 ਮਾਡਲ ਟਰੈਕਟਰ ਹੈ ਸੋਨਾਲੀਕਾ 750। ਬਾਕੀ ਛਤਰੀ ਲੱਗੀ ਹੋਈ ਹੈ, ਬਾਕੀ ਤੁਸੀਂ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ, ਉਹਨਾਂ ਦੇ ਏਰੀਆ ਨੂੰ ਪੁੱਛ ਕੇ ਫੋਨ ਕਰਕੇ ਜਾ ਕੇ ਦੇਖ ਸਕਦੇ ਹੋ ਜੀ, ਅਤੇ ਟਰੈਕਟਰ ਨੂੰ ਦੇਖ ਕੇ ਚਲਾ ਕੇ ਵਾਹ ਕੇ ਆਪਦੀ ਪੂਰੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ। ਬਾਕੀ ਨੰਬਰ ਵੀਰ ਦਾ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ। ਅਤੇ ਜਿੰਨੇ ਵੀਰ ਆਪਣੇ ਚੈਨਲ 'ਤੇ ਨਵੇਂ ਨੇ, ਵੀਡੀਓ ਨੂੰ ਨਵੇਂ ਦੇਖ ਰਹੇ ਨੇ, ਤੁਸੀਂ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਦੇਖਣਾ ਪਸੰਦ ਕਰਦੇ ਹੋ, ਤਾਂ ਆਪਣੇ ਚੈਨਲ ਨਾਲ ਜੁੜ ਜਾਓ ਜੀ। ਥੱਲੇ ਇੱਕ ਲਾਲ ਰੰਗ ਦਾ ਬਟਨ ਹੈ ਸਬਸਕ੍ਰਾਈਬ ਵਾਲਾ, ਉਹਨੂੰ ਦੱਬ ਦਿਓ, ਨਾਲ ਇੱਕ ਘੰਟੀ ਦਾ ਬਟਨ ਵਾ ਉਹਨੂੰ ਦਬਾ ਦਿਓ। ਇਹਨਾਂ ਦਾ ਫਾਇਦਾ ਇਹ ਹੁੰਦਾ, ਜਦੋਂ ਮੈਂ ਨਵੀਂ ਵੀਡੀਓ ਪਾਊਂਗਾ ਚੈਨਲ 'ਤੇ, ਤਾਂ ਉਹਦਾ ਜਿਹੜਾ ਮੈਸੇਜ ਹੈ ਉਹ ਤੁਰਤ ਫਿਰ ਤੁਹਾਡੇ ਮੋਬਾਈਲ 'ਤੇ ਚਲਾ ਜਾਊਗਾ, ਅਤੇ ਤੁਸੀਂ ਤੁਰਤ ਫਿਰ ਵੀਡੀਓ ਨੂੰ ਦੇਖ ਸਕੋਗੇ। ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਜੀ, ਵੱਧ ਤੋਂ ਵੱਧ ਜਿੰਨੇ ਵੀ ਦੇਖ ਰਹੇ ਨੇ ਵੀਡੀਓ ਨੂੰ ਲਾਈਕ ਕਰ ਦਿਓ, ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ। ਤੁਸੀਂ ਵੀਡੀਓ ਨੂੰ ਸ਼ੇਅਰ ਕਿਤੇ ਵੀ ਕਰ ਸਕਦੇ ਹੋ ਜੀ, ਫੇਸਬੁੱਕ 'ਤੇ, ਵਟਸਐਪ ਦੇ ਗਰੁੱਪਾਂ ਦੇ ਵਿੱਚ, ਫੇਸਬੁੱਕ ਦੇ ਗਰੁੱਪਾਂ ਦੇ ਵਿੱਚ ਭੇਜ ਜਾਂਦੇ ਉੱਤੇ ਜੀ। ਅੱਗੇ ਤੁਸੀਂ ਦੇਖ ਰਹੇ ਹੋ ਜੀ ਗੱਡੀ, ਗੱਡੀ ਵਿਕਾਊ ਹੈ ਜੀ, ਆਹ 2008 ਮਾਡਲ ਹੈ, ਪੂਰੀ 2 ਲੱਖ ਵੀਰ ਨੇ ਰੇਟ ਰੱਖਿਆ, ਗੱਡੀ ਪੂਰੀ ਸਾਫ਼ ਹੈ ਜੀ। ਕਿਸੇ ਵੀਰ ਨੇ ਗੱਡੀ ਖਰੀਦਣੀ ਹੋਵੇ, ਸੰਗਰੂਰ ਇਹਨਾਂ ਦਾ ਏਰੀਆ, ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਗੱਡੀ ਨੂੰ। ਇਹ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਬਹੁਤ ਸਾਫ਼ ਪਈ ਹੈ ਗੱਡੀ। ਕਿਸੇ ਵੀਰ ਨੇ ਗੱਡੀ ਖਰੀਦਣੀ ਹੋਵੇ, ਗੱਡੀ ਵਿਕਾਊ ਹੈ, ਸੰਗਰੂਰ ਇਹਨਾਂ ਦਾ ਏਰੀਆ ਜੀ, 2008 ਮਾਡਲ ਗੱਡੀ ਹੈ, 70% ਟਾਇਰਾਂ ਦੀ ਕੰਡੀਸ਼ਨ ਪਈ ਹੈ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ, ਇਹਨਾਂ ਨੂੰ ਫੋਨ ਕਰਕੇ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ। ਬਾਕੀ ਗੱਡੀ ਪੂਰੀ ਸਾਫ਼ ਹੈ, ਗੱਡੀ ਦੀ ਕੰਡੀਸ਼ਨ ਦੱਸਣ ਦੀ ਜ਼ਰੂਰਤ ਹੀ ਨਹੀਂ ਜੀ। ਅੱਗੇ ਤੁਸੀਂ ਦੇਖ ਰਹੇ ਹੋ ਜੀ ਫਾਰਮ ਟਰੈਕ 60 ਟਰੈਕਟਰ ਹੈ, ਪੂਰਾ ਸਾਫ਼ ਅਤੇ ਵਧੀਆ ਟਰੈਕਟਰ ਹੈ ਜੀ। 60-70% ਟਾਇਰਾਂ ਦੀ ਕੰਡੀਸ਼ਨ ਪਈ ਹੈ, ਪਿਛਲੇ ਟਾਇਰਾਂ ਦੀ ਕੰਡੀਸ਼ਨ ਹੁੰਦੀ ਹੈ ਜੀ। ਆਹ 1998 ਮਾਡਲ ਟਰੈਕਟਰ ਹੈ, ਲੁਧਿਆਣਾ ਇਹਨਾਂ ਦਾ ਏਰੀਆ, 1,90,000 ਵੀਰ ਨੇ ਡਿਮਾਂਡ ਰੱਖੀ ਹੈ। ਬਾਕੀ ਕੋਈ ਕਮੀ ਨਹੀਂ ਜੀ ਟਰੈਕਟਰ 'ਚ, ਇੰਜਨ ਦੀ ਬੈਟਰੀ ਦੀ ਸਾਰੀ ਚੀਜ਼ ਦੀ ਫੁੱਲ ਗਰੰਟੀ ਹੈ ਮਾਲਕ ਵੀਰ ਵੱਲੋਂ। 98-144
00165 ਮਾਲ ਕਬੀਰ ਦਾ ਨੰਬਰ ਹੈ। ਛਤਰੀ ਲੱਗੀ ਹੈ, ਇੰਜਣ ਦੀ ਫੁੱਲ ਗਰੰਟੀ ਹੈ ਜੀ, ਟਰੈਕਟਰ ਦਾ ਰੰਗ ਹੈ ਜਿਹੜਾ ਬਿਲਕੁਲ ਸਾਫ਼ ਹੈ, ਕੋਈ ਦਿੱਕਤ ਨਹੀਂ। ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਤੁਸੀਂ ਇਹਨਾਂ ਦੇ ਏਰੀਆ 'ਚ ਜਾ ਕੇ ਟਰੈਕਟਰ ਨੂੰ ਦੇਖ ਸਕਦੇ ਹੋ, ਚਲਾ ਕੇ ਵਾਹ ਕੇ ਸਟਾਰਟ ਕਰਕੇ ਪੂਰਾ ਆਪਦੀ ਤਸੱਲੀ ਕਰਕੇ ਕਾਗਜ਼ ਪੱਤਰ ਦੇਖ ਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ। 1,90,000 ਵੀਰ ਨੇ ਡਿਮਾਂਡ ਰੱਖੀ ਹੈ, ਬਾਕੀ ਮੌਕੇ 'ਤੇ ਲੈਸ ਹੋ ਜੂਗਾ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ, ਕੋਈ ਹੋਰ ਜਾਣਕਾਰੀ ਲੈਣੀ ਹੋਵੇ, ਇਹਨਾਂ ਤੋਂ ਕੁਝ ਪੁੱਛਣਾ ਹੋਵੇ ਤਾਂ ਇਹਨਾਂ ਨੂੰ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ। ਅਤੇ ਜਿੰਨੇ ਵੀ ਰੇਟ ਹੁੰਦੇ ਜੀ, ਆਹ ਫਿਕਸ ਨਹੀਂ ਹੁੰਦੇ, ਬਹੁਤ ਸਾਰੇ ਵੀਰ ਕਮੈਂਟ ਕਰਦੇ ਹੁੰਦੇ ਰੇਟ ਜ਼ਿਆਦਾ ਹੁੰਦਾ, ਰੇਟ ਜ਼ਿਆਦਾ ਹੁੰਦਾ। ਭਾਅ ਜੀ ਰੇਟ ਜਿੰਨਾ ਵੀ ਹੁੰਦਾ ਜੀ, ਆਹ ਫਿਕਸ ਰੇਟ ਨਹੀਂ ਹੁੰਦਾ। ਜਦੋਂ ਤੁਸੀਂ ਕੋਈ ਮਸ਼ੀਨਰੀ ਖਰੀਦੋਗੇ ਤਾਂ ਇਹਨਾਂ ਨੂੰ ਰੇਟ ਪੁੱਛੋਗੇ ਤਾਂ ਰੇਟ ਮੌਕੇ 'ਤੇ ਲੈਸ ਹੋ ਜਾਂਦਾ ਹੁੰਦਾ, ਅਤੇ ਮਸ਼ੀਨਰੀ ਜਿੰਨੇ ਦੀ ਹੁੰਦੀ ਹੈ ਸਹੀ ਰੇਟ ਉੰਨੇ ਦਾ ਹੋ ਜਾਂਦਾ ਹੁੰਦਾ। ਅਤੇ ਰੇਟ ਦੀ ਟੈਨਸ਼ਨ ਨਾ ਲਿਆ ਕਰੋ, ਇੱਕ ਵਾਰੀ ਇਹਨਾਂ ਨੂੰ ਫੋਨ ਜ਼ਰੂਰ ਕਰ ਲਿਆ ਕਰੋ ਜੀ। ਅਤੇ ਹੁਣ ਕਰਦੇ ਜੀ ਕਮੈਂਟਾਂ ਦੀ ਗੱਲ, ਬਹੁਤ ਸਾਰੇ ਵੀਰ ਕਮੈਂਟ ਕਰਦੇ ਹੁੰਦੇ ਆ। ਸਭ ਤੋਂ ਪਹਿਲਾ ਕਮੈਂਟ ਹੈ ਜੀ ਜੋਧ ਔਲਖ ਦਾ, ਕਹਿੰਦੇ ਜੀ ਅੰਮ੍ਰਿਤਸਰ ਏਰੀਆ ਵਿੱਚ ਜ਼ਮੀਨ ਹੈ ਕੋਈ 6-7 ਕਿੱਲੇ ਤਾਂ ਐਡ ਲਾ ਦਿਓ। ਜ਼ਰੂਰ ਭਾਅ ਜੀ, ਆਪਣੇ ਕੋਲ ਕੋਈ ਜ਼ਮੀਨ ਆਈ ਅੰਮ੍ਰਿਤਸਰ ਕੋਲ ਤਾਂ ਆਪਾਂ ਐਡ ਲਗਾ ਦੇਂਗੇ। ਰਾਜਵਿੰਦਰ ਸਿੰਘ ਕਹਿੰਦੇ ਆ ਜੀ ਨਾਈਸ ਵੀਡੀਓ, ਬਹੁਤ ਬਹੁਤ ਧੰਨਵਾਦ ਜੀ। ਅਮਿਤ ਕਹਿੰਦੇ ਆ ਜੀ ਬਹੁਤ ਬੜਿਆ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ। ਰੀਅਲ ਟਾਲਕ ਕਹਿੰਦੇ ਆ ਜੀ ਨਾਈਸ ਇਨਫੋਰਮੇਸ਼ਨ ਬਾਈ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਜਗਜੀਤ ਸਿੰਘ ਕਹਿੰਦੇ ਨਾਈਸ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਦੀਪ ਬੈਨੀਪਾਲ ਕਹਿੰਦੇ ਆ ਨਾਈਸ, ਬਹੁਤ ਬਹੁਤ ਧੰਨਵਾਦ ਜੀ। ਪਲਵਿੰਦਰ ਸਿੰਘ ਕਹਿੰਦੇ ਨਾਈਸ, ਬਹੁਤ ਬਹੁਤ ਧੰਨਵਾਦ ਜੀ। ਸੋਨੂ ਭਾਅ ਜੀ ਕਹਿੰਦੇ ਆ ਗੁੱਡ, ਬਹੁਤ ਬਹੁਤ ਧੰਨਵਾਦ ਜੀ। ਅਤੇ ਬਹੁਤ ਵਧੀਆ ਲੱਗਿਆ ਜੀ ਕਮੈਂਟ ਪੜ੍ਹ ਕੇ, ਬਹੁਤ ਸਾਰੇ ਕਮੈਂਟ ਕੀਤੇ ਵੀਰਾਂ ਨੇ, ਬਹੁਤ ਵਧੀਆ ਲੱਗਿਆ। ਤੁਸੀਂ ਵੀ ਕਮੈਂਟ ਕਰਿਓ ਜੀ, ਅਤੇ ਵੀਡੀਓ ਜ਼ਰੂਰ ਦੱਸਿਓ ਕਿੱਦਾਂ ਦੀ ਲੱਗੀ। ਅਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ, ਅਤੇ ਅੱਜ ਲਈ ਇੰਨੇ ਜੀ।